ਗੁਰਮਖ ਪਿਆਰਿਓ ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਅੱਜ ਆਪਾਂ ਕੁਝ ਖਾਸ ਬੇਨਤੀਆਂ ਸਾਂਝੀਆਂ ਕਰਾਂਗੇ ਅੱਜ ਆਪਾਂ ਕੁਝ ਖਾਸ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ भाई अमृतपाल सिंह खालसा ਵੱਡਾ ਐਲਾਨ ਕਰ ਰਹੇ ਨੇ ਜਿਹੜਾ ਐਲਾਨ ਹੈ ਉਹ ਜੇਲਾਂ ਦੇ ਵਿੱਚ ਬੈਠੇ ਅੰਦਰ ਬੈਠੇ ਸਿੰਘਾਂ ਦੇ ਵਿੱਚ ਵੀ ਜੋਸ਼ ਭਰ ਦੇਗਾ ਸੋ ਬੇਨਤੀ ਆਪਾਂ ਜਰੂਰ ਸਾਂਝੀਆਂ ਕਰਾਂਗੇ ਸਾਰੇ ਜਣੇ ਫਤਿਹ ਬੁਲਾਓ ਰੰਮਤਾ ਕਰੀਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੌਮੀ ਇਨਸਾਫ ਮੋਰਚੇ ਦੇ ਵਿੱਚ ਜਿਹੜੇ ਨੇ ਆਪਣੇ ਸਿੰਘ ਚੱਲ ਰਹੇ ਨੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਲਈ ਪ੍ਰੋਟੈਸਟ ਜਿਹੜਾ ਉਹ ਚੱਲ ਰਿਹਾ ਆ ਸੋ ਜਿਹੜੇ ਲੋਕ ਕਹਿੰਦੇ ਸੀ ਅਮਰਤਪਾਲ ਨੇ ਜਾਂਦਾ ਜੀ ਕੌਮੀ ਇਨਸਾਫ ਮੋਰਚੇ ਦੇ ਵਿੱਚ ਅਮਰਤਪਾਲ ਆ ਨਹੀਂ ਕਰਦਾ ਜੀ ਉਹ ਨਹੀਂ ਕਰਦਾ ਜੀ ਤੇ ਅਮਰਤਪਾਲ ਚਲਿਆ ਗਿਆ ਹੁਣ ਮੋਰਚੇ ਦੇ ਵਿੱਚ ਹੁਣ ਤੁਸੀਂ ਵੀ ਚੱਲੋ ਤੁਸੀਂ ਕਦੋਂ ਚੱਲੋਗੇ ਤੁਹਾਡੀ ਵਾਰੀ ਕਦੋਂ ਆਊਗੀ ਤੁਸੀਂ ਕਦੋਂ ਜਾਓਗੇ ਸੋ ਮੈਂ ਕਈ ਵਾਰੀ ਬੇਨਤੀਆਂ ਜਿਹੜੀਆਂ ਨੇ ਸਾਂਝੀਆਂ ਕੀਤੀਆਂ ਨੇ ਕਿ ਸਾਨੂੰ ਅੱਜ ਤੱਕ ਇੱਕ ਦੂਜੇ ਦੀਆਂ ਟੰਗਾਂ ਖਿੱਚਣ ਤੋਂ ਸਿਵਾ ਹੋਰ ਕੋਈ ਕੰਮ ਹੀ ਨਹੀਂ ਆਇਆ ਅੱਜ ਤੱਕ ਅਸੀਂ ਇੱਕ ਦੂਜੇ ਦੀਆਂ ਟੰਗਾਂ ਖਿੱਚੀਆਂ ਨੇ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਸਭ ਤੋਂ ਵੱਧ ਸਾਡਾ ਜਿਹੜਾ ਰੋਲ ਰਿਹਾ ਹੈ ਉਹ ਰੋਲ ਜਿਹੜਾ ਇਹ ਰਿਹਾ ਕਿ ਅਸੀਂ ਇੱਕ ਦੂਜੇ ਨੂੰ ਬਦਨਾਮ ਕੀਤਾ ਹਰ ਇੱਕ ਮੋਰਚੇ ਦੇ ਵਿੱਚ ਉਹ ਫਲਾਣਾ ਐ ਕਰਦਾ ਜੀ ਠਿਗੜਾ ਐ ਕਰਦਾ ਜੀ ਕਦੇ ਅਸੀਂ ਇੱਕ ਦਮ ਇਹ ਨਹੀਂ ਕਿਹਾ ਕਿ ਕੋਈ ਗੱਲ ਨਹੀਂ ਤੂੰ ਸਾਡੇ ਸਾਡੇ ਨਾਲ ਰਹਿ ਅਸੀਂ ਹੌਸਲਾ ਨਹੀਂ ਇੱਕ ਦੂਜੇ ਨੂੰ ਦਿੱਤਾ ਇਹ ਨਹੀਂ ਕਿਹਾ ਵੀ ਕੋਈ ਗੱਲ ਨਹੀਂ ਤੂੰ ਸਾਡੇ ਨਾਲ ਆ ਜਾ ਤੇਰੇ ਨਾਲ ਅਸੀਂ ਮਦਦ ਕਰਾਂਗੇ ਠੀਕ ਹੈ ਜਿਹੜਾ ਬੰਦਾ ਗਦਾਰ ਹੈ ਸਾਨੂੰ ਪਤਾ ਹੈ ਵੀ ਬੰਦਾ ਸੈੱਟ ਨਹੀਂ ਹੈਗਾ ਉਹਨੂੰ ਬਾਹਰ ਕੱਢੋ ਤੇ ਜਿਹੜਾ ਬੰਦਾ ਸਹੀ ਐ ਅਸੀਂ ਉਹਨੂੰ ਵੀ ਅੱਗੇ ਹੋ ਕੇ ਜਿਹੜਾ ਤੁਰਨ ਲੱਗ ਜਾ ਜਿਵੇਂ ਨਿੰਦਿਆ ਸ਼ੁਰੂ ਕਰ ਦਿੰਨੇ ਆ ਇਹ ਤਾਂ ਆਏ ਆ ਜੀ ਇਹ ਤਾਂ ਫਲਾਣਾ ਜੀ ਇਹ ਤਾਂ ਐ ਕਰਦਾ ਹੁੰਦਾ ਸੀ ਇਹ ਤਾਂ ਐ ਮਾਰਦਾ ਹੁੰਦਾ ਸੀ ਜੀਆਂ ਆ ਫਲਾਣਾ ਬੜੀਆਂ ਅਸੀਂ ਚੀਜ਼ਾਂ ਕਰਦੇ ਆ ਸੋ ਕਈ ਵਾਰੀ ਬੇਨਤੀਆਂ ਜਿਹੜੀਆਂ ਨੇ ਮੈਂ ਸਾਂਝੀਆਂ ਕੀਤੀਆਂ ਕਿ ਪਿਆਰਿਓ ਸਾਨੂੰ ਇਹ ਚੀਜ਼ਾਂ ਜਿਹੜੀਆਂ ਨੇ ਨਾ ਸਮਝਣੀਆਂ ਪੈਣਗੀਆਂ ਹੁਣ ਤੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਅਮਰਤਪਾਲ ਵੀ ਪਹੁੰਚ ਗਿਆ ਅਸੀਂ ਕਿੱਥੇ ਆ ਸਾਨੂੰ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ ਆਪਣੀ ਜ਼ਮੀਰ ਤੋਂ ਪੁੱਛੋ ਬੰਦੀ ਸਿੰਘਾਂ ਦੀ ਰਿਹਾਈ ਲਈ ਅਮਰਤਪਾਲ ਕਹਿ ਰਿਹਾ ਕਿ ਇੱਕ ਹੋ ਜੋ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਜੋ ਪਰ ਅਸੀਂ ਤਾਂ ਉਹ ਵੀ ਗੱਲ ਨਹੀਂ ਮੰਨ ਰਿਆ ਸੀ ਕਹਿੰਦਾ ਨਹੀਂ ਨਹੀਂ ਅਸੀਂ ਨਹੀਂ ਹੋਣਾ ਜੀ ਅਸੀਂ ਅਮਰਤਪਾਲ ਦੀ ਗੱਲ ਕਿਉਂ ਮੰਨੀਏ ਜੀ ਇਹ ਤਾਂ ਨਮਾਜਾ ਮੁੰਡਾ ਹੈ ਜੀ ਅਸੀਂ ਨਹੀਂ ਮੰਨਦੇ ਜੀ ਸਾਡੇ ਪੁਰਾਣੇ ਬਾਬੇ ਕਹਿੰਿਆ ਕਹੀ ਜਾਂਦੇ ਨੇ ਉਹ ਜੇ ਨਵਾਂ ਹੈ ਤੁਸੀਂ ਅੱਗੇ ਲਾ ਕੇ ਤੁਰ ਲੋ ਅਸੀਂ ਤੁਹਾਡੇ ਮਗਰ ਤੁਰ ਲਾਂਗੇ ਕੋਈ ਤੇ ਗੱਲ ਕਰੋ ਕੋਈ ਤੇ ਚੀਜ਼ ਕਰੋ ਜੇ ਅੱਜ ਮੋਰਚਾ ਲੱਗਿਆ ਹੋਇਆ ਕੋਈ ਸਾਥ ਤੇ ਦੇ ਲੋ ਕੋਈ ਚੰਗੀ ਗੱਲ ਤੇ ਕਰ ਲੋ ਕੋਈ ਅੱਜ ਦੀ ਗੱਲ ਕਰ ਲੋ ਤੁਹਾਡਾ ਸਾਥ ਅਸੀਂ ਦੇਵਾਂਗੇ ਤੁਸੀਂ ਕਰੋ ਤੇ ਸਹੀ ਅੱਗੇ ਲਾ ਕੇ ਗੱਲ ਚੱਲੋ ਤੇ ਸਹੀ ਅਸੀਂ ਤੁਹਾਡੇ ਨਾਲ ਚੱਲਾਂਗੇ ਬਜ਼ੁਰਗੋ ਚੱਲੋ ਸਹੀ ਪਰ ਇਹ ਕਹਿਣਾ ਕਿ ਅਸੀਂ ਕਿਸੇ ਦੇ ਮਗਰ ਕਿਉਂ ਚੱਲੀਏ ਜੀ ਇਹੋ ਤੇ ਚੀਜ਼ਾਂ ਸਾਨੂੰ ਮਾਰਦੀਆਂ ਨੇ ਇਹੀ ਤੇ ਚੀਜ਼ਾਂ ਸਾਨੂੰ ਖਤਮ ਕਰਦੀਆਂ ਨੇ ਇਹੋ ਤੇ ਚੀਜ਼ਾਂ ਸਾਨੂੰ ਕਹਿੰਦੀਆਂ ਨੇ ਕਿ ਤੂੰ ਅੱਗੇ ਹੋ ਕੇ ਨਾ ਤੁਰ ਇਸੇ ਨੂੰ ਕਹਿੰਦੇ ਨੇ ਈਗੋ ਸੋ ਅਮਰਤਪਾਲ ਸਿੰਘ ਦਾ ਸਾਥ ਦਈਏ ਇੱਕ ਹੋਵਾਂਗੇ ਤਾਂ ਬੰਦੀ ਸਿੰਘਾਂ ਦੀ ਰਿਹਾਈ ਹੋਊਗੀ ਇੱਕ ਬਣ ਕੇ ਚੱਲਾਂਗੇ ਤਾਂ ਚੀਜ਼ਾਂ ਸਾਡੀਆਂ ਹੱਲ ਹੋਣਗੀਆਂ ਤਾਂ ਇਹ ਲੋਕ ਇਹ ਸਰਕਾਰਾਂ ਦੇ ਕੰਨਾਂ ਤੇ ਜੂੰਸ ਰਕੋਗੇ ਨਹੀਂ ਨਹੀਂ ਕੁਝ ਹੋਣਾ ਹੈਗਾ ਚਾਹੇ ਮੈਂ ਤੋ ਲਿਖ ਕੇ ਲੈ ਲਵਾਂ ਨਹੀਂ ਨਹੀਂ ਕੁਝ ਹੋਣਾ ਹੈਗਾ ਜੇ ਇੱਕ ਹੋ ਕੇ ਚੱਲਾਂਗੇ ਫੇਰ ਗੱਲ ਬਣੂਗੀ ਇੱਕ ਬਣ ਕੇ ਚੱਲਾਂਗੇ ਫੇਰ ਗੱਲ ਹੋਣੀ ਹੈ ਸਾਰੀ ਸੋ ਬੇਨਤੀਆਂ ਜੜੀਆਂ ਨੇ ਕਈ ਵਾਰੀ ਮੈਂ ਸਾਝੀਆਂ ਕੀਤੀਆਂ ਨੇ ਗੁਰਮਖੋ ਕੌਮੀ ਇਨਸਾਫ ਮੋਰਚੇ ਦਾ ਸਾਥ ਦਿਈਏ ਕੌਮੀ ਇਨਸਾਫ ਮੋਰਚੇ ਦੇ ਵਿੱਚ ਚੱਲੀਏ ਵੱਧ ਤੋਂ ਵੱਧ ਸੰਗਤਾਂ ਪੁੱਜਣ ਮੇਰੀਆਂ ਮਾਈਆਂ ਮੇਰੀਆਂ ਭੈਣਾਂ ਜੜੀਆਂ ਨੇ ਉੱਥੇ ਪਹੁੰਚ ਚੁੱਕੀਆਂ ਨੇ ਤੁਸੀਂ ਵੀ ਚੱਲੋ ਮੇਰੇ ਵੀਰੋ ਮੇਰੇ ਬਜ਼ੁਰਗੋ ਤੇ ਹਰ ਇੱਕ ਬੰਦਾ ਜਿਹੜਾ ਆਪਣੇ ਪਿੰਡ ਦੇ ਵਿੱਚੋਂ ਹਾਜ਼ਰੀ ਜ਼ਰੂਰ ਲਵਾ ਕੇ ਆਵੇ ਸ਼ਹਿਰਾਂ ਦੀ ਲੋਕਲ ਸੰਗਤ ਜ਼ਰੂਰ ਗਈ ਹੈ ਸਾਰਿਆਂ ਦਾ ਫਰਜ਼ ਬਣਦਾ ਹੈ ਅਸੀਂ ਸਾਰੇ ਜਾਈਏ ਜਿਸ ਦਿਨ ਬੰਦੀ ਸਿੰਘ ਰਿਹਾ ਹੋ ਕੇ ਵਾਪਸ ਆਉਣਗੇ ਉਸ ਦਿਨ ਵੇਖਿਓ ਫਿਰ ਉਸ ਦਿਨ ਦਾ ਜਿਹੜਾ ਨਜ਼ਾਰਾ ਹੈ ਨਾ ਉਹ ਵੱਖਰਾ ਹੀ ਹੋਊਗਾ ਸੋ ਅਮਰਤਪਾਲ ਕਹਿ ਰਿਹਾ ਕਿ ਭਾਈ ਮੈਨੂੰ ਅੱਗੇ ਲੱਗਣ ਦਾ ਕੋਈ ਸ਼ੌਂਕ ਨਹੀਂ ਹੈਗਾ ਤੁਸੀਂ ਲੱਗ ਲਓ ਤੇ ਆਪਾਂ ਸਾਰੇ ਇੱਕ ਨਿਸ਼ਾਨ ਸਾਹਿਬ ਥਲੇ ਇਕੱਠੇ ਹੋਈਏ ਆਪੋ ਆਪਣੇ ਬਖਰੇਵੇਂ ਆਪੋ ਆਪਣੀਆਂ ਲੜਾਈਆਂ ਪਿੱਛੇ ਛੱਡ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੁਖ ਰੱਖ ਕੇ ਉਹਨਾਂ ਦੀ ਹੋਈ ਬੇਅਦਬੀ ਦਾ ਇਨਸਾਫ ਮੁਖ ਰੱਖ ਕੇ ਚੱਲੀਏ ਕਿ ਸਾਨੂੰ ਇਨਸਾਫ ਮਿਲੇ ਬੰਦੀ ਸਿੰਘਾਂ ਦੀ ਰਿਹਾਈ ਹੋਵੇ ਅਸੀਂ ਆਪਣਾ ਏਕਾ ਤੇ ਆਪਣੀ ਤਾਕਤ ਜਿਹੜੀ ਹੈ ਸ਼ੋਅ ਕਰ ਸਕੀਏ ਕਿ ਸਾਡੇ ਵਿੱਚ ਏਕ ਹੈ ਅਸੀਂ ਏਕੇ ਨਾਲ ਕੁਝ ਵੀ ਕਰ ਸਕਦੇ ਹਾਂ ਅਸੀਂ ਏਕੇ ਨਾਲ ਦੁਨੀਆ ਹਿਲਾ ਸਕਦੇ ਆਂ ਅਸੀਂ ਏਕੇ ਨਾਲ ਬੜਾ ਕੁਝ ਕਰ ਸਕਦੇ ਆਂ ਸਾਡੇ ਵਿੱਚ ਏਕ ਹੈ ਜੀ ਅਸੀਂ ਬਹੁਤ ਕੁਝ ਕਰ ਸਕਦੇ ਆਂ ਸਾਡੇ ਵਿੱਚ ਇੰਨੀ ਸਾਂਝ ਹੈ ਇਸ ਚੀਜ਼ ਦਾ ਮੈਸੇਜ ਦੇਣਾ ਹੈ ਆਪਾਂ ਨੇ ਇਸ ਚੀਜ਼ ਨੂੰ ਲੈ ਕੇ ਚੱਲਣਾ ਹੈ ਇਸ ਚੀਜ਼ ਦੇ ਨਾਲ ਚੱਲਣਾ ਹੈ ਭਾਈ ਸਾਨੂੰ ਇਹ ਚੀਜ਼ਾਂ ਜਿਹੜੀਆਂ ਕਰਨੀਆਂ ਪੈਣਗੀਆਂ ਸਾਨੂੰ ਇਹ ਚੀਜ਼ਾਂ ਸੋਚਣੀਆਂ ਪੈਣਗੀਆਂ ਪਿਆਰਿਓ ਅਸੀਂ ਅੱਜ ਜੇ ਨਹੀਂ ਕਰਾਂਗੇ ਫੇਰ ਨਹੀਂ ਅਸੀਂ ਕਰ ਸਕਦੇ ਫੇਰ ਨਾ ਸਾਡੇ ਕੋਲੇ ਸਮਾਂ ਹੋਣਾ ਨਾ ਹੀ ਸਾਡੇ ਕੋਲੇ ਤਾਕਤ ਹੋਣੀ ਤੇ ਨਾ ਹੀ ਸਾਡੇ ਕੋਲੇ ਕੋਈ ਇਹੋ ਜਿਹਾ ਸਾਧਨ ਹੋਣਾ ਤੇ ਨਾ ਹੀ ਸਾਨੂੰ ਇਹਨਾਂ ਲੋਕਾਂ ਨੇ ਬੋਲਣ ਦੇਣਾ ਫਿਰ ਜੇ ਅੱਜ ਚੁੱਪ ਕਰਕੇ ਸੋ ਸਾਨੂੰ ਬੰਦੀ ਸਿੰਘ ਵੀ ਜਿਹੜੇ ਜੇਲਾਂ ਦੇ ਵਿੱਚੋਂ ਇਹੋ ਹੀ ਮੈਸੇਜ ਦੰਦਦੇ ਨੇ ਭਾਈ ਕੌਮ ਇਕੱਠੀ ਰਵੇ ਨੇ ਧੜਕੋਵੇ ਨੇ ਬੇ ਡਰ ਹੋ ਕੇ ਆਪਣਾ ਪ੍ਰਚਾਰ ਕਰੋ ਸਾਰੇ ਜਣੇ ਨਾਲ ਚੱਲੋ ਇੱਕ ਦੂਜੇ ਦਾ ਸਾਥ ਦੇਵੋ ਆਪੋ ਆਪਣੇ ਬਖਰੇਵੇਂ ਆਪ ਆਪਣੀਆਂ ਲੜਾਈਆਂ ਭੁੱਲ ਕੇ ਇੱਕ ਦੂਜੇ ਦੇ ਨਾਲ ਚੱਲੀਏ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਨੇ ਇਹ ਚੀਜ਼ਾਂ ਇੱਕ ਦੂਜੇ ਦੇ ਨਾਲ ਚੱਲਣ ਨੂੰ ਸਾਨੂੰ ਦੱਸਣਗੀਆਂ ਇਹ ਚੀਜ਼ਾਂ ਸਾਨੂੰ ਦੱਸਣਗੀਆਂ ਕਿ ਭਾਈ ਕਿਸ ਤਰ੍ਹਾਂ ਅਸੀਂ ਇੱਕ ਦੂਜੇ ਦਾ ਸਾਥ ਦੇਣਾ ਹੈ ਕਿਸ ਤਰ੍ਹਾਂ ਇੱਕ ਦੂਜੇ ਦੇ ਨਾਲ ਰਹਿਣਾ ਹੈ ਕਿਸ ਤਰ੍ਹਾਂ ਇੱਕ ਦੂਜੇ ਦਾ ਸਾਥ ਦੇਣਾ ਹੈ ਕਿਸ ਤਰ੍ਹਾਂ ਇੱਕ ਦੂਜੇ ਦੇ ਨਾਲ ਅਸੀਂ ਜੁੜਨਾ ਹੈ ਇਹ ਚੀਜ਼ਾਂ ਸਾਨੂੰ ਸਿਖਾਉਣਗੀਆਂ ਸੋ ਪਿਆਰਿਓ ਇਹ ਚੀਜ਼ਾਂ ਅਮਲ ਵਿੱਚ ਲੈ ਕੇ ਆਈਏ ਇਹ ਚੀਜ਼ਾਂ ਧਿਆਨ ਵਿੱਚ ਲੈ ਕੇ ਆਈਏ ਇਹ ਚੀਜ਼ਾਂ ਸਾਨੂੰ ਬੜੀਆਂ ਜ਼ਰੂਰੀ ਨੇ ਇਹ ਚੀਜ਼ਾਂ ਅਸੀਂ ਅਮਲ ਵਿੱਚ ਲੈ ਕੇ ਆਈਏ ਆਪਣੇ ਕਿ ਭਾਈ ਸਾਨੂੰ ਇਹ ਚੀਜ਼ਾਂ ਜ਼ਰੂਰ ਸਾਥ ਦਿਓ ਸਾਂਭ ਦਿਓ ਸਾਨੂੰ ਸੋ ਬੰਦੀ ਸਿੰਘਾਂ ਦੀ ਰਿਹਾਈ ਹੋ ਜਾਵੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਕੌਮੀ ਇਨਸਾਫ ਮੋਰਚਾ ਲੱਗਿਆ ਹੀ ਇਸ ਕਰਕੇ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਹੋਈ ਜਿਹੜੀ ਬੇਅਦਬੀ ਆ ਉਹਦਾ ਇਨਸਾਫ ਮਿਲੇ 8 ਸਾਲ ਬੀਤ ਗਏ ਨੇ ਬੜੀ ਹੈਰਾਨਗੀ ਤੇ ਬੜੀ ਸ਼ਰਮ ਦੀ ਗੱਲ ਹੈ ਕਿ ਸਾਨੂੰ ਉਸ ਦਾ ਇਨਸਾਫ ਨਹੀਂ ਮਿਲਿਆ ਇਹ ਗੱਲ ਜਿਹੜੀ ਹੈ ਹਜੇ ਤੱਕ ਖਟਕਦੀ ਹੈ ਜਿਹੜੀਆਂ ਸਰਕਾਰਾਂ ਆਈਆਂ ਉਹਨਾਂ ਨੇ ਇਨਸਾਫ ਦੇਣ ਦੀ ਗੱਲ ਕਹੀ ਪਰ ਇਨਸਾਫ ਨਹੀਂ ਦਿੱਤਾ ਜਿਹੜੀਆਂ ਵੀ ਸਰਕਾਰਾਂ ਆਈਆਂ ਹਰ ਇੱਕ ਨੇ ਸਾਡੇ ਨਾਲ ਲਾਰਾ ਲਾਇਆ ਹਰ ਇੱਕ ਨੇ ਸਾਨੂੰ ਭੁਲੋ ਲਿਆ ਹਰ ਇੱਕ ਨੇ ਕਿਹਾ ਤੁਹਾਨੂੰ ਇਨਸਾਫ ਦੇਵਾਂਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪਰ ਕਿਸੇ ਨੇ ਇਨਸਾਫ ਨਹੀਂ ਦਿੱਤਾ ਬੰਦੀ ਸਿੰਘ ਵੀ ਕਹਿੰਦੇ ਨੇ ਕੌਮ ਇੱਕ ਹੋ ਕੇ ਰਵੇ ਬੰਦੀ ਸਿੰਘ ਵੀ ਕਹਿੰਦੇ ਨੇ ਸਾਡੀ ਰਿਹਾਈ ਹੋ ਜਾਵੇ ਆਪੋ ਆਪਣੇ ਘਰਾਂ ਨੂੰ ਜਾਈਏ ਜੋਰ ਤੇ ਜਵਰ ਜਿਹੜਾ ਚੱਲ ਰਿਹਾ ਹੈ ਸਰਕਾਰਾਂ ਦਾ ਅਸੀਂ ਉਹਦਾ ਸਬਰ ਦੇ ਨਾਲ ਜਿਹੜਾ ਆ ਉਹਨੂੰ ਤੋੜੀਏ ਸਬਰ ਦੇ ਨਾਲ ਉਹ ਇਮਤਿਹਾਨ ਦੇ ਵਿੱਚੋਂ ਨਿਕਲੀਏ ਫੇਰ ਹੀ ਸਾਡਾ ਭਲਾ ਹੋ ਸਕਦਾ ਸੋ ਗੁਰੂ ਤੋਂ ਉੱਪਰ ਸਾਡੇ ਲਈ ਕੁਝ ਨਹੀਂ ਇਹ ਚੀਜ਼ ਸਾਬਤ ਕਰ ਦਿਓ ਪੰਜਾਬੀਓ ਗੁਰਸਿੱਖੋ ਕਿ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦਾ ਇਨਸਾਫ ਸਾਨੂੰ ਇੱਕ ਹੋ ਕੇ ਲੜ ਕੇ ਪ੍ਰੋਟੈਸਟ ਕਰਕੇ ਲੈਣਾ ਆਉਂਦਾ ਤੇ ਆਪਣੇ ਬੰਦੀ ਸਿੰਘਾਂ ਨੂੰ ਰਿਹਾਈ ਕਰਾਉਣੀ ਸਾਨੂੰ ਬਖੂਬੀ ਆਉਂਦੀ ਹੈ ਜੇ ਤੂੰ ਸਰਕਾਰੇ ਜ਼ਾਲਮ ਹੈ ਤੇ ਸਾਡਾ ਵੀ ਇੱਕ ਹੈ ਤੇ ਅਸੀਂ ਵੀ ਤੇਰੇ ਜਿਹੜੇ ਨੇ ਦੰਦ ਖੱਟੇ ਕਰਕੇ ਹੀ ਮੁੜਾਂਗੇ ਇਹ ਚੀਜ਼ ਸਾਬਤ ਕਰ ਦਿਓ ਜੋਰ ਤੇ ਜਜ਼ਬੇ ਵਾਲੀਆਂ ਕੌਮਾਂ ਆਪਾਂ ਪੰਜਾਬੀ ਪੰਜਾਬੀਅਤ ਲਈ ਮਸ਼ਹੂਰ ਆ ਤੇ ਆਪਾਂ ਹੱਕ ਲੈਣ ਲਈ ਮਸ਼ਹੂਰ ਆ ਇਸ ਕਰਕੇ ਅੜ ਕੇ ਹੱਕ ਲੈਣੇ ਸਿੱਖੀਏ ਪੰਜਾਬੀਓ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ